जामण वाले बहुत सारे दोस्तों की रिक्वेस्ट थी जामण वाले की कि पिंड साडा जामण वहाओ। दसो भी जो इधरों उठ के गए सरदार उन्होंने को नवा नूह का पता याद है केड़ा केड़ा सी? पता वो मूला हो तो दूला हो उन्होंने महल बड़े व्डे ही 700 बीघा ही पै आहो सरदार थे। ਗੁਰਦੁਆਰਾ ਸਾਹਿਬ ਹੈ ਇੱਥੇ ਕੌਣ ਹੁੰਦਾ ਸੀ ਇਹਦੀ ਦੇਖ ਰੇਖ ਕੌਣ ਕਰਦਾ ਸੀ ਕੋਈ ਯਾਦ ਹੈ ਜਾਂ ਗਿਆਨੀ? ਨਾਮ ਸੋ ਨਾਮ ਸੋ ਜਦੋਂ ਗਏ ਉਦੋਂ ਨਾਮ ਸੋ ਅਤੇ ਜਿਹੜਾ ਜਿਹਦੇ ਉੱਤੇ ਗੁਰਦੁਆਰਾ ਬਣਿਆ ਹੈ ਉਹ ਵਧਾਵਾ ਹੋਵਾਂ ਤੋਂ ਇੱਥੋਂ ਗਏ ਆ ਇਹ ਤਾਂ ਬਿਲਕੁਲ ਆਖਰੀ ਪਿੰਡ ਹੈ ਇੱਥੇ ਤਾਂ ਕੋਈ ਨਹੀਂ ਕੋਈ ਮਸਲਾ ਮਸਾਇਲ ਹੋਇਆ ਹੋਣਾ? ਨਹੀਂ ਨਹੀਂ ਉਹਨਾਂ ਨੂੰ ਕਿਸੇ ਨੇ ਕੁਛ ਆਖਿਆ ਹਾਂ ਉਹਨਾਂ ਨੂੰ ਤਾਂ ਅਸੀਂ ਆਪ ਸਗੋਂ ਲਦਾਉਂਦੇ ਰਹੇ ਉੱਤੇ ਗੱਡਾਂ ਦੇ। ਅੱਛਾ ਆਹੋ ਅਤੇ ਸਰਦਾਰ ਵੀ ਸਨ ਕਿਵੇਂ ਦਾ ਸੀ ਵਸੇਬ ਰਹਿਣ ਸਹਿਣ ਆਪਸੀ? ਬੜੇ ਬੜੇ ਸਲੂਕ ਨਾਲ ਰਹਿੰਦੇ। ਮੈਂ ਕਿਹਾ ਹੁਣ ਆਉਣਾ ਚਾਹੁੰਦੇ ਉੱਧਰਲੇ ਹੋਰ ਵੀ ਕੁਝ ਲੋਕ ਉਹਨਾਂ ਨੂੰ ਕੀ ਸਲਾਹ ਦੇ ਦਿਓਗੇ? ਹੋ ਗਏ ਵੈਲਕਮ ਸਾਰਿਆਂ ਨੂੰ ਜੀ ਆਇਆਂ ਨੂੰ ਇੱਥੇ ਸਾਡੇ ਕੋਲ ਆਉਣ ਅਸੀਂ ਸੇਵਾ ਪਾਣੀ ਕਰੀਏ ਉਹਨਾਂ ਨੂੰ। ਇਸ ਵੀਡੀਓ ਜਿਹੜੀ ਸਾਰੇ ਉਹਨਾਂ ਦੋਸਤਾਂ ਵਾਸਤੇ ਜਿਹੜੇ ਜਾਮਣ ਟੁੱਟ ਕੇ ਗਏ ਉਹਨਾਂ ਨੂੰ ਡੈਡੀਕੇਟ ਕਰਦੇ। ਸੋ ਜਾਮਣ ਵਾਲਿਓ ਬਹੁਤ ਸਾਰੇ ਦੋਸਤਾਂ ਦੀ ਰਿਕੁਐਸਟ ਸੀ ਜਾਮਣ ਵਾਲਿਆਂ ਦੀ ਕਿ ਪਿੰਡ ਸਾਡਾ ਜਾਮਣ ਵਹਾਓ। ਆਪਾਂ ਪਿੰਡ ਫਿਰਨ ਰਹੇ ਹਾਂ ਅਤੇ ਸਾਡੀ ਕੋਸ਼ਿਸ਼ ਟਰਾਈ ਇਹ ਹੁਣ ਕਿ ਸਾਨੂੰ ਪੁਰਾਣਾ ਕੋਈ ਬਜ਼ੁਰਗ ਲੱਭ ਜਾਵੇ ਜਿਹਦੇ ਨਾਲ ਗੱਲਬਾਤ ਜਿਹੜੀ ਸਾਨੂੰ ਕੋਈ ਦੱਸ ਸਕੇ। ਵੀ ਵੈਸੇ ਤਾਂ ਜਿੰਨਿਆਂ ਨੇ ਕਿਹਾ ਜਾਮਣ ਵਾਲਿਆਂ ਨੇ ਉਹ 10-15 ਦੋਸਤਾਂ ਨੇ ਕਿਹਾ ਵਾ ਕਿ ਸਾਡਾ ਪਿੰਡ ਸੀ ਉਹ ਸਾਰਿਆਂ ਦੇ ਨਾਂ ਨਹੀਂ ਲੈ ਸਕਦੇ। ਸੋ ਇਸ ਵੀਡੀਓ ਜਿਹੜੀ ਸਾਰੇ ਉਹਨਾਂ ਦੋਸਤਾਂ ਵਾਸਤੇ ਜਿਹੜੇ ਜਾਮਣ ਟੁੱਟ ਕੇ ਗਏ ਉਹਨਾਂ ਨੂੰ ਡੈਡੀਕੇਟ ਕਰਦੇ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੇ ਕੋਈ ਸਾਨੂੰ ਬਜ਼ੁਰਗ ਲੱਭ ਗਏ ਉਹਨਾਂ ਨਾਲ ਗੱਲ ਕਰਨ ਦੀ ਉਹਨਾਂ ਕੋਲ ਪੁੱਛਾਂਗੇ ਵੀ ਕੌਣ ਕੌਣ ਇੱਥੇ ਰਹਿੰਦੇ। ਕੀ ਹਾਲ ਚਾਲ? ਹੋਰ ਸਿਹਤ ਠੀਕ ਹੈ ਕਰੀਏ ਅਤੇ ਮਲਕ ਭਰਾ ਦੀ ਆਪਣੀ? ਹਾਂਜੀ। ਤੁਸੀਂ ਇੱਧਰ ਦੇ ਜੇ ਕਿ ਪਾਰਟੀਸ਼ਨ ਵਾਲੇ ਉੱਧਰੋਂ ਆਏ ਜੇ? ਨਹੀਂ ਇੱਧਰ ਤੇਰੇ ਨੂੰ ਆਏ। ਪੱਕੇ ਪਿੰਡ ਦੇ? ਅਤੇ ਕਿੰਨੀ ਉਮਰ ਹੈ? ਉਮਰ ਕੁਝ ਚਲੋ ਕੁਛ 50 ਸਾਲ ਆ ਲਓ। ਕਿੰਨਾ ਚਿਰ ਹੋ ਗਿਆ? ਹਾਂਜੀ ਹਾਂ ਉਹ ਦੱਸ ਸਕਦੇ। ਇਹ ਡੋਗਰ ਸਾਹਿਬ ਇਹ ਨੇ? ਹੋਰ ਡੋਗਰ ਸਾਹਿਬ ਸਿਹਤ ਠੀਕ ਤੁਹਾਡੀ? ਅੱਛਾ ਤੁਸੀਂ ਇੱਧਰ ਦੇ ਕਿ ਉੱਧਰੋਂ ਆਏ ਜੇ? ਨਹੀਂ ਇੱਥੋਂ ਦੇ ਆਏ। ਪੱਕੇ ਹੀ ਇੱਥੋਂ ਦੇ ਜੇ? ਅਤੇ ਕਿੰਨੀ ਉਮਰ? ਉਮਰ ਮੇਰੀ 85 ਸਾਲ। ਲਓ ਜੀ ਬਾਬਾ ਜੀ ਸਾਨੂੰ ਲੱਭ ਗਏ 85 ਸਾਲਾਂ ਦੇ। ਅਸੀਂ ਪੂਰਾ ਪਿੰਡ ਫਿਰ ਲਿਆ ਸਾਨੂੰ ਕੋਈ ਬਜ਼ੁਰਗ ਨਹੀਂ ਲੱਭਣ ਡਿਆ। ਅੱਛਾ ਮੈਨੂੰ ਇਹ ਦੱਸੋ ਵੀ ਜਿਹੜੇ ਇੱਧਰੋਂ ਉੱਠ ਕੇ ਗਏ ਸਰਦਾਰ ਉਹਨਾਂ ਦੇ ਕੋਈ ਨਵਾਂ ਨੂੰਹਾਂ ਦਾ ਪਤਾ ਯਾਦ ਹੈ ਕਿਹੜਾ ਕਿਹੜਾ ਸੀ? ਪਤਾ ਆਹ ਪੱਤੀ ਹੈ ਨਾ ਜਿਹੜੀ ਇਹਨੂੰ ਹੱਲਿਆਂ ਦੀ ਪੱਤੀ ਆਉਂਦੇ ਸੀ। ਹੱਲਿਆਂ ਦੀ? ਹੱਲਿਆਂ ਦੀ ਠੀਕ ਹੈ। ਇਹਦੇ ਵਿੱਚ ਉਹ ਉਹਦਾ ਮਕਾਨ ਨੇ ਉਹਨਾਂ ਦੇ। ਹਾਂਜੀ ਦੂਲਾ ਹੋਂ ਮੂਲਾ ਹੋਂ ਕੂਲਾ ਦੂਲਾ ਹੋਂ ਅਤੇ ਮੂਲਾ ਹੋਂ ਦੋ ਭਰਾ ਸੀ ਉਹ। ਅੱਛਾ ਜੀ। ਅਤੇ ਹੋਰ ਵੀ ਹੈਗੇ ਸੀ ਇੱਕ ਠਾਕਰ ਸੀ ਇੱਕ ਆਸਾ ਹੋਂ ਸੀ ਅਤੇ ਇਸ ਤਰ੍ਹਾਂ ਉਹ ਉਹਨਾਂ ਘਰਾਂ ਦੇ ਵਿੱਚ ਵੱਸਦੇ ਸੀ। ਹੋਰ ਆ ਸਾਰੇ ਦੋਵਾਂ ਮਹੱਲਿਆਂ ਦੇ ਵਿੱਚ ਮੈਨੂੰ ਪਤਾ ਜਿਹੜੇ ਜਿਹੜੇ ਉਹਨਾਂ ਦੇ ਘਰ ਸੀ ਕੀ ਉਹਨਾਂ ਦੇ ਨਾਂ ਸੀ। ਕੌਣ ਸੀ ਇਹ ਪਿੰਡ ਦਾ ਵੱਡਾ ਜੀ ਜੇ ਆਪਾਂ ਸਰਪੰਚ ਜਾਂ ਲੰਬੜਦਾਰ?
ਲੰਬਰਦਾਰ ਇੱਕ ਇੱਧਰ ਸੀ ਬਿਸ਼ਨ ਸੋਂ ਹਾਂਜੀ ਉਹ ਹੁੰਦਾ ਸੀ ਇੱਕ ਉੱਧਰ ਹੁੰਦਾ ਸੀ ਉਹਨੂੰ ਵਾਗਰੂ ਆਉਂਦੇ ਸੀ ਅੱਛਾ ਅੱਛਾ ਹਾਂ ਇਸ ਤਰ੍ਹਾਂ ਬੱਚੇ ਬੰਦ ਕਰ ਲਾ ਬੱਚੇ ਅੱਛਾ ਅਤੇ ਜੇ ਆਪਾਂ ਗੱਲ ਕਰਦੇ ਹੋਰ ਇਹ ਤਾਂ ਤੁਸੀਂ ਦੱਸ ਦਿੱਤਾ ਲੰਬੜਦਾਰ ਦਾ ਹੋਰ ਜੇ ਕੋਈ ਵੱਡੇ ਘਰ ਕਿਹੜਾ ਕਿਹੜਾ ਸੀ ਇੱਥੇ ਵੱਡੇ ਘਰ ਇੱਕ ਤਾਂ ਇੱਧਰ ਸੀ ਅਤੇ ਇੱਧਰ ਵੀ ਦੋ ਤਿੰਨ ਹੈਗੇ ਸੀ ਉਹਨਾਂ ਦੇ ਕੀ ਨਾਂ ਉਹ ਮੂਲਾ ਹੋਂ ਅਤੇ ਦੁਗਲਾ ਹੋਂ ਉਹਨਾਂ ਦੇ ਮਹਿਲ ਬੜੇ ਵੱਡੇ ਸੀ ਅਤੇ 700 ਵੀਘਾ ਪੈਲੀ ਸੀ ਉਹਨਾਂ ਦੀ ਅਤੇ ਵੱਡੇ ਮਾਲਕ ਸੀ 700 ਵੀਘਾ ਸੀ ਪੈਲੀ ਆਹੋ ਸਰਦਾਰ ਸੀਗੇ ਅਤੇ ਉਹ ਬੈਠੇ ਨੇ ਉੱਧਰ ਬਰਨਾਲਾ ਨਹੀਂ ਕਰਿਆਲੇ ਬਰਨਾਲੇ ਹਾਂਜੀ ਹਾਂਜੀ ਬਰਨਾਲੇ ਨੇ ਉਹ ਅੱਛਾ ਬਰਨਾਲੇ ਬੈਠੇ ਆ ਜਿਹੜੇ ਦੋਰੀ ਗਾਲ ਕੱਢਦੇ ਬਰਨਾਲੇ ਆਹੋ ਉੱਥੇ ਸੰਧੂ ਸੀ ਨਾ ਬਹੁਤੇ ਬੈਠੇ ਪਹਿਲਾਂ ਅੱਛਾ ਇਹ ਦੱਸੋ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਕੌਣ ਹੁੰਦਾ ਸੀ ਇਹਦੀ ਦੇਖ ਰੇਖ ਕੌਣ ਕਰਦਾ ਸੀ ਕੋਈ ਯਾਦ ਹੈ ਜਾਂ ਗਿਆਨੀ ਨਾਮ ਸੋਂ ਨਾਮ ਸਿਓ ਨਾਮ ਸੋਂ ਜਦੋਂ ਗਏ ਉਦੋਂ ਨਾਮ ਸੋਂ ਸੀ ਅੱਛਾ ਅੱਛਾ ਆਹ ਅਤੇ ਜਿਹੜਾ ਜਿਹਦੇ ਉੱਤੇ ਗੁਰਦੁਆਰਾ ਬਣਿਆ ਹੈ ਉਹ ਵਧਾਵਾ ਹੋ ਆਪ ਸਗੋਂ ਲਦਾਉਂਦੇ ਰਹੇ ਉੱਤੇ ਗੱਡਾਂ ਦੇ ਕਿਹਨੂੰ ਕਿਹਨੂੰ ਸਮਾਨ ਲਦਾਇਆ ਉਹਨਾਂ ਨੂੰ ਆਹ ਜਿਹੜੇ ਸਾਡੇ ਪਾਸੇ ਸੀ ਨਾ ਉਹ ਮੂਲਾ ਸੋਂ ਦੁਲਾ ਸੋਂ ਬਿਸ਼ਨ ਸੋਂ ਯਾਗਰ ਸੋਂ ਸੁਦਾਗਰ ਸੋਂ ਇਹਨਾਂ ਨੂੰ ਅਸੀਂ ਆਪ ਦੇ ਹੱਥਾਂ ਨਾਲ ਗੱਡਾਂ ਦੇ ਉੱਤੇ ਸਮਾਨ ਲਦਾ ਕੇ ਇੱਥੋਂ ਤੋਰੇ ਨੇ ਸਹੀ ਸਲਾਮਤ ਗਏ ਨਹਿਰ ਨਗਾ ਕੇ ਆਏ ਆਹ ਨਹਿਰ ਸੀ ਉਦੋਂ ਅੱਛਾ ਅੱਛਾ ਆਹ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਂ ਦੀਨ ਮੁਹੰਮਦ ਦੀਨ ਮੁਹੰਮਦ ਆਹ ਅਤੇ ਦਾਦਾ ਜੀ ਦਾ ਉਹਦਾ ਨਾਮ ਬਦਰਦੀਨ ਸੀ ਅਤੇ ਹੈਗੇ ਡੋਗਰ ਤੁਸੀਂ ਨਾ ਆਹ ਅਤੇ ਕਿੰਨੇ ਘਰ ਸੀ ਡੋਗਰਾਂ ਦੇ ਉਦੋਂ ਅਤੇ ਹੁਣ ਕਿੰਨੇ ਉਦੋਂ ਤਿੰਨ ਕੁ ਘਰ ਸੀ ਅਤੇ ਹੁਣ ਤਾਂ ਪੰਜ ਛੇ ਬਣੇ ਨੇ ਅੱਛਾ ਉਦੋਂ ਤਿੰਨ ਸੀ ਆਹ ਅੱਛਾ ਇਹਦਾ ਉਹ ਜਦੋਂ ਰਹਿੰਦੇ ਸਨ ਪਹਿਲਾਂ ਡੋਗਰ ਵੀ ਸੀ ਮੈਨੂੰ ਪਤਾ ਲੱਗਾ ਹੋਰ ਵੀ ਬਰਾਦਰੀਆਂ ਆਇਆ ਸੀ ਅਤੇ ਸਰਦਾਰ ਵੀ ਸਨ ਕਿਵੇਂ ਦਾ ਸੀ ਵਸੇਬ ਰਹਿਣ ਸਹਿਣ ਆਪਸੀ ਬੜੇ ਬੜੇ ਸਲੂਕ ਨਾਲ ਰਹਿੰਦੇ ਸੀ ਅਤੇ ਇੱਥੇ ਉਹ ਲੱਗਦਾ ਹੁੰਦਾ ਸੀ ਸਾਲਾਨਾ ਕੋਈ ਮੇਲਾ ਮੁੱਲਾ ਵੀ ਕੋਈ ਉਹ ਗੁਰਦੁਆਰੇ ਲੱਗਦੀ ਸੀ ਵਿਸਾਖੀ ਵਿਸਾਖ ਵਾਲੇ ਚੜ੍ਹੇ ਵਿਸਾਖ ਵਾਲੇ ਦਿਨ ਵਿਸਾਖੀ 'ਤੇ ਬੜਾ ਜੱਗ ਕਰਾਉਂਦੇ ਸੀ ਉਹ ਗਏ ਇੱਥੇ ਜਾਂਦੇ ਹੁੰਦੇ ਉਹ ਅਤੇ ਹੋਰ ਬਾਬਾ ਭੂਰੀ ਵਾਲੇ ਦਾ ਦਰਬਾਰ ਆ ਬੜਾ ਵੱਡਾ ਤੇ ਉੱਥੇ ਮਾਘ ਆਪੋ ਜਾਂਦਾ ਤੇ ਮਾਘ ਚੜ੍ਹਦਾ ਨਾ ਤੇ ਉਸ ਦਿਨ ਉੱਥੇ ਛਿੰਝ ਹੁੰਦੀ ਸੀ ਬੜਾ ਮੇਲਾ ਵੱਡਾ ਹੁੰਦਾ ਸੀ ਉੱਥੇ ਉਧਰੋਂ ਭਲਵਾਨ ਵਾਧੇ ਆਉਂਦੇ ਸੀ ਤੇ ਹੁਣ ਤਾਂ ਉਧਰੋਂ ਬੰਦ ਹੋ ਗਏ ਨੇ ਬੜੇ ਬੜੇ ਭਲਵਾਨ ਸੀ ਉਧਰ ਅੱਛਾ ਹੁਣ ਸਾਡੇ ਨਾਲ ਮੇਰੇ ਨਾਲ ਰਾਬਤੇ ਜਿਹੜੇ ਉੱਧਰ ਦੇ ਵਾਹਵਾ ਸਾਰੇ ਜਾਮਣ ਪਿੰਡ ਦੇ ਲੋਕ ਮੁੰਡੇ ਜਿਹੜੇ ਸਾਡੇ ਵਰਗੂ ਆ ਬਲਕਿ ਹੁਣ ਇੱਥੇ ਆਏ ਵੀ ਸੀ ਮੇਲੇ 'ਤੇ ਨਾ ਨਨਕਾਣਾ ਸਾਹਿਬ ਜਿਹੜੇ ਇੱਥੋਂ ਉੱਠ ਕੇ ਗਏ ਨਾ ਉਹਨਾਂ ਦੇ ਵੱਡੇ ਅੱਛਾ ਅਤੇ ਹੁਣ ਆਏ ਵੀ ਸੀ ਲੇਕਿਨ ਤੁਹਾਨੂੰ ਪਤਾ ਨਾ ਬਾਰਡਰ 'ਤੇ ਵੀ ਤੁਹਾਡਾ ਵੀਜ਼ਾ ਦੇ ਕਰਕੇ ਵੀ ਨਹੀਂ ਆਇਆ ਜਾਂਦਾ ਅਤੇ ਕਹਿੰਦੇ ਸੀ ਵੀਡੀਓ ਬਣਾ ਕੇ ਸੈਂਡ ਕਰਿਓ ਅਤੇ ਅਸੀਂ ਆਉਣਾ ਵੀ ਹਾਂ ਅਤੇ ਪਿੰਡ ਦੀ ਇੱਕ ਵੀਡੀਓ ਬਣਾ ਕੇ ਸਾਡੇ ਤੱਕ ਲਾਇਓ ਆਉਣਾ ਚਾਹੁੰਦੇ ਉਹਨਾਂ ਨੂੰ ਕੀ ਸੁਣਾ ਫਿਰ ਉਹ ਸੀ ਸਾਡੇ ਗੁਆਂਢ ਹੁੰਦੇ ਸੀ ਇੱਕ ਮਾਣਾ ਸੌਂ ਇੱਕ ਖਜਾਨ ਸੌਂ ਇੱਕ ਸ਼ਾਮ ਸੌਂ ਸੀ ਉਹਦਾ ਨਾਂ ਨੰਬਰਦਾਰ ਸੀ ਉਹ ਸਾਡੇ ਪਾਸੇ ਦੇ ਵਿੱਚ ਸੀ ਅੱਛਾ ਹੁਣ ਮੈਂ ਕਿਹਾ ਆਉਣਾ ਚਾਹੁੰਦੇ ਜਦੋਂ ਆਉਣਗੇ ਫਿਰ ਸ਼ਾਮ ਸੌਂ ਹੈ ਨਾ ਉਹਦਾ ਮੁੰਡਾ ਆਇਆ ਸੀ ਪਿੱਛੇ ਅੱਛਾ ਇੱਥੇ ਉਹ ਆਉਂਦਾ ਸੀ ਵੀ ਭਿੱਖੀ ਪਿੰਡ ਦੇ ਕੋਲ ਨਾ ਇੱਕ ਪਿੰਡ ਆ ਸੰਗਤਪੁਰਾ ਉੱਥੇ ਅਸੀਂ ਬੈਠੇ ਹਾਂ ਜਾ ਕੇ ਉਹ ਮੇਰੇ ਨਾਲ 5 ਸਾਲ ਛੋਟਾ ਸੀ ਮੈਂ ਕਿਹਾ ਹੁਣ ਆਉਣਾ ਚਾਹੁੰਦੇ ਉੱਧਰਲੇ ਹੋਰ ਵੀ ਕੁਝ ਲੋਕ ਉਹਨਾਂ ਨੂੰ ਕੀ ਸੁਣਾ ਦੇਣੇ ਬਤਾਓਗੇ ਹੋ ਗਏ ਵੈਲਕਮ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਇੱਥੇ ਸਾਡੇ ਕੋਲ ਆਉਣ ਅਸੀਂ ਸੇਵਾ ਪਾਣੀ ਕਰੀ ਗਏ ਉਹਨਾਂ ਨੂੰ ਠੀਕ ਹੈ ਬਾਬਾ ਜੀ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰੀਆ ਤੁਹਾਡੇ ਟਾਈਮ ਦੇਣ ਦਾ ਸ਼ੁਕਰੀਆ ਅਤੇ ਇਹ ਪਿੰਡ ਦੀਆਂ ਹੋਰ ਇਹ ਯਾਦਾਂ ਨੇ ਜਿਹੜੀਆਂ ਆਪਾਂ ਸਮੇਟ ਕੇ ਲੈ ਚੱਲੇ ਹਾਂ ਬਜ਼ੁਰਗਾਂ ਕੋਲ ਕੁਛ ਗੱਲਬਾਤ ਪੁੱਛੀ ਜਿਹੜੇ ਇਹਨਾਂ ਨੂੰ ਨਾਂ ਯਾਦ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੈਸੇ ਦੋਸਤ ਸਾਡੇ ਵਾਹਵਾ ਸਾਰੇ ਨੇ ਇਸ ਪਿੰਡ ਤੋਂ ਜਿਹੜੇ ਉੱਠ ਕੇ ਗਏ ਨੇ ਬਿਲੋਂਗ ਕਰਦੇ ਨੇ ਲੇਕਿਨ ਜਿਨ੍ਹਾਂ ਜਿਨ੍ਹਾਂ ਦੇ ਨਾਂ ਇਹਨਾਂ ਦੱਸੇ ਨੇ ਇਹ ਨਾਂ ਤੇਰੇ ਕੋਲ ਨੇ ਨਾ ਹੋਣਾ ਹਾਂਜੀ ਹਾਂਜੀ ਆਹ ਰਿਕਾਰਡ ਹੋ ਗਏ ਨਾਂ ਠੀਕ ਹੈ ਅਤੇ ਸਾਰਿਆਂ ਨੂੰ ਆਉਂਦੇ ਜੀ ਬਜ਼ੁਰਗ ਆਉਂਦੇ ਡੋਗਰ ਸਾਹਿਬ ਜ਼ਰੂਰ ਆਓ ਵੈਲਕਮ ਸਾਰਿਆਂ ਨੂੰ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਸਾਡਾ ਵਧੀਆ ਲੱਗਾ ਹੋਗਾ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਰੱਬ ਰਾਖਾ